ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਆਓ ਦੋਸਤੋ ਕੁਝ ਅਹਿਮ ਖਬਰਾਂ ਘਟਨਾਵਾਂ ਨੂੰ ਵਿਚਾਰੀਏ ਪੰਜਾਬ 'ਚ ਲੋਕ ਫਤਵੇ ਨੂੰ ਪ੍ਰਵਾਨ ਕਰਦਿਆਂ ਵੱਖ-ਵੱਖ ਆਗੂਆਂ ਦੀ ਵੱਖ-ਵੱਖ ਪ੍ਰਤੀਕਿਰਿਆ ਪੰਜਾਬ 'ਚ 56 ਵਰਿਆਂ ਬਾਅਦ ਸਭ ਤੋਂ ਵੱਡੀ ਜਿੱਤ ਦਰਜ ਵੱਡੇ ਚਿਹਰਿਆਂ ਨੂੰ ਅਣਜਾਣ ਚਿਹਰਿਆਂ ਨੇ ਢਾਆ ਅਮਰੀਕਾ ਦੀ ਨਾਗਰਿਕਤਾ ਛੱਡ ਗਿੱਲ ਪੰਜਾਬ 'ਚ ਬਣੇ ਐਮਐਲਏ ਆਪ ਦੇ ਲਗਭਗ ਦਰਜਣ ਉਮੀਦਵਾਰਾਂ ਨੇ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੀਤੀ ਦਰਜ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ 93 ਮਹਿਲਾ ਉਮੀਦਵਾਰਾਂ ਵਿੱਚੋਂ ਸਿਰਫ ਦਰਜਣ ਉਮੀਦਵਾਰਾਂ ਨੂੰ ਜਿੱਤ ਹੋਈ ਨਸੀਬ ਦੋਸਤੋ ਇਹ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਵਿਚਾਰੀਆਂ ਜਾਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਤੁਹਾਡ ਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਦੂਸਰੀ ਬੇਨਤੀ ਇਹ ਪ੍ਰੋਗਰਾਮ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੁਹਾਡੇ ਧੰਨਵਾਦੀ ਹੋਵਾਂਗੇ ਆਓ ਹੋਇਨਾ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਸੀ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਜਦੋਂ ਕਿ ਪੰਜਾਬ ਦੀ ਸੱਤਾਧਾਰੀ ਤਿਰ ਕਾਂਗਰਸ ਅਤੇ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਆਗੂ ਨੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸੀ ਆਗੂ راہਲ ਗਾਂਧੀ ਨੇ ਆਖਿਆ ਕਿ ਲੋਕ ਫਤਵੇ ਨੂੰ ਪ੍ਰਵਾਨ ਕਰਦੇ ਆਂ। ਇਸ ਹਾਰ ਤੋਂ ਅਸੀਂ ਸਬਕ ਵੀ ਲਵਾਂਗੇ। ਚੋਣ ਜਿੱਤਣ ਵਾਲੀਆਂ ਪਾਰਟੀਆਂ ਨੂੰ ਉਹਨਾਂ ਨੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ। ਜੇ ਚੋਣਾਂ ਦੇ ਦੌਰਾਨ ਪਾਰਟੀ ਲਈ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਵੀ ਉਹਨਾਂ ਨੇ ਧੰਵਾਦ ਕੀਤਾ ਹੈ ਅਤੇ ਆਖਿਆ ਕਿ ਅਸੀਂ ਹਾਰ ਤੋਂ ਸਬਕ ਲੈ ਕੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਰਹਾਂਗੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬ ਦੇ ਲੋਕਾਂ ਦੇ ਇਸ ਵਫਾਫੇ ਨੂੰ ਸਵੀਕਾਰ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਤ ਲਈ ਵਧਾਈਆਂ ਦਿੱਤੀਆਂ ਨੇ ਅਤੇ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਮੈਂ ਆਸ ਕਰਦਾ ਹਾਂ ਕਿ ਉਹ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਹੈ ਕਿ ਮੈਂ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਪੂਰੀ ਨਿਵਰਤਾ ਨਾਲ ਸਵੀਕਾਰ ਕਰਦਾ ਹਾਂ ਉਹਨਾਂ ਆਖਿਆ ਕਿ ਜਮਹੂਰੀਅਤ ਦੀ ਜਿੱਤ ਹੋਈ ਹੈ ਪੰਜਾਬੀਆਂ ਨੇ ਜਾਤ ਪਾਤ ਅਤੇ ਫਿਰਕੂਵਾਦ ਤੋਂ ਉੱਪਰ ਉੱਠ ਕੇ ਵੋਟਾਂ ਪਾਈਆਂ ਨੇ ਪੰਜਾਬੀਆਂ ਦੀ ਅਸਲ ਜਿਹੜੀ ਭਾਵਨਾ ਉਹਨਾਂ ਨੇ ਚੋਣ ਨਤੀਜਿਆਂ ਦੇ ਵਿੱਚੋਂ ਦਰਸਾਈ ਹੈ ਤੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਤੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ ਇਸ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਕਾਂਗਰਸ ਪਾਰਟੀ ਨਿਮਰਤਾ ਸਹਿਤ ਲੋਕਾਂ ਦੇ ਫਤਵੇ ਨੂੰ ਸਵੀਕਾਰਦੀ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਜਿੱਤਣ ਤੇ ਵਧਾਈ ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ ਪੰਜਾਬ ਦੇ ਲੋਕਾਂ ਦਾ ਫੈਸਲਾ ਨਿਮਰਤਾ ਸਹਿਤ ਪ੍ਰਵਾਨ ਕਰਦੇ ਹਾਂ ਤੇ ਨਾਲ ਉਹਨਾਂ ਨੇ ਲਿਖਿਆ ਆਮ ਆਦਮੀ ਪਾਰਟੀ ਨੂੰ ਵਧਾਈ ਹੋਵੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਨੇ ਆਖਿਆ ਕਿ ਲੋਕਾਂ ਵੱਲੋਂ ਜਿਹੜੀ ਸਾਡੀ ਡਿਊਟੀ ਲਗਾਈ ਗਈ ਹੈ ਅਸੀਂ ਉਹਨੂੰ ਪੂਰੀ ਨਿਮਰਤਾ ਨਾਲ ਨਿਭਾਵਾਂਗੇ। ਉਹਨਾਂ ਨੇ ਕਿਹਾ ਕਿ ਮੈਂ ਲੱਖਾਂ ਪੰਜਾਬੀਆਂ ਵੱਲੋਂ ਪ੍ਰਗਟਾਏ ਗਏ ਭਰੋਸੇ ਅਤੇ ਸ਼ਰੋਮਣੀ ਅਕਾਲੀ ਦਲ ਵਸਪਾ ਵਰਕਰਾਂ ਦਾ ਧੰਨਵਾਦ ਕਰਦਾ ਹਾਂ। ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਦਿੰਦਾ ਹੈ। ਨਾਲ ਉਹਨਾਂ ਨੇ ਆਖਿਆ ਕੋਈ ਯਕੀਨੀ ਤੌਰ ਤੇ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰਨਗੇ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵਧਾਈ ਹੋਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੂਰਨ ਫਤਵਾ ਮਿਲੇ ਹੈ ਉਮੀਦ ਹੈ ਕਿ ਇਸ ਫਤਵੇ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵਰਤਣਗੇ ਨਾਲ ਹੀ ਉਹਨਾਂ ਨੇ ਅਬੋਹਰ ਹਲਕੇ ਦੇ ਲੋਕਾਂ ਦਾ ਵੀ ਉ체ਚੇ ਤੌਰ ਤੇ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਦੇ ਭਤੀਜੇ ਕਾਂਗਰਸੀ ਉਮੀਦਵਾਰ ਸੰਦੀਪ ਜਾਖੜ ਨੂੰ ਜਿਤਾਇਆ ਇਹ ਪੰਜਾਬ ਦੇ ਕੁਝ ਵੱਡੇ ਆਗੂਆਂ ਦੀ ਪ੍ਰਤੀਕਿਰਿਆ ਸੀ ਪੰਜਾਬ ਦੇ ਵਿੱਚ ਸੱਚਮੁੱਚ ਅਣਕਿਆਸੀ ਜਿੱਤਾਂ ਬਹੁਤ ਸਾਰੇ ਲੋਕਾਂ ਵਾਸਤੇ ਖਾਸ ਕਰਕੇ ਰਵੈਤੀ ਪਾਰਟੀਆਂ ਦੇ ਵਾਸਤੇ ਅਰ ਪਿਛਲੇ 56 ਵਰਿਆਂ ਦੇ ਵਿੱਚ ਇੰਨੀ ਵੱਡੀ ਜਿੱਤ ਕਿਸੇ ਵੀ ਇੱਕ ਸਿੰਗਲ ਪਾਰਟੀ ਨੂੰ ਨਹੀਂ ਸੀ ਮਿਲੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਹੋਇਆ ਹੈ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਵੱਖਰੇ ਵੱਖਰੇ ਕਰ ਦਿੱਤੇ ਜਾਂਦੇ ਨੇ ਪੰਜਾਬ ਦਾ ਪੁਨਰਗਠਨ ਹੁੰਦਾ ਹੈ ਉਹਦੇ ਤੋਂ ਬਾਅਦ 56 ਵਰਿਆਂ ਦੇ ਵਿੱਚ ਪੰਜਾਬ ਚ ਕਿਸੇ ਵੀ ਇੱਕ ਰਾਜਨੀਤਿਕ ਪਾਰਟੀ ਨੂੰ ਇੰਨੀ ਵੱਡੀ ਜਿੱਤ ਦਰਜ ਨਹੀਂ ਸੀ ਹੋਈ ਦੱਸਣਾ ਬਣਦਾ ਹੈ ਕਿ 1992 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਵੱਲਬੂਤੇ 87 ਹਲਕਿਆਂ ਤੇ ਜਿੱਤ ਦਰਜ ਕੀਤੀ ਸੀ। ਉਹਦੇ ਤੋਂ ਬਾਅਦ 1997 ਦੀਆਂ ਚੋਣਾਂ ਦੇ ਵਿੱਚ ਅਕਾਲੀ ਤੇ ਭਾਜਪਾ ਦਾ ਗੱਠ ਜੋੜ ਸੀ। ਮੈਂ ਜ਼ਿਕਰ ਕਰ ਰਿਹਾ ਕਿ ਸਿੰਗਲ ਪਾਰਟੀ ਨੂੰ ਏਡੀ ਜਿੱਤ ਨਹੀਂ ਸੀ ਮਿਲੀ। ਅਕਾਲੀ ਬਸ ਭਾਜਪਾ ਗੱਠ ਜੋੜ ਨੂੰ 93 ਸੀਟਾਂ ਤੇ ਜਿੱਤ ਮਿਲੀ ਸੀ। ਤੇ ਉਸ ਸਮੇਂ ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਜਿੱਤੀਆਂ ਸਨ। ਉਹਨਾਂ ਨੂੰ ਨਸੀਬ ਹੋਈ ਸੀ ਜਿੱਤਾਂ। ਤੇ ਭਾਰਤ ਪਾਕਿਸਤਾਨ ਭਾਗ 1947 ਦੀ ਵੰਡ ਤੋਂ ਬਾਅਦ ਪੰਜਾਬ ਚ ਕਿਸੇ ਇੱਕ ਪਾਰਟੀ ਵੱਲੋਂ ਆਪਣੇ ਦਮ ਤੇ ਇਹ ਸਭ ਤੋਂ ਤੀਸਰੀ ਵੱਡੀ ਜਿੱਤ ਹੈ 1952 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ 96 ਉਸ ਵਕਤ ਪੰਜਾਬ ਦੇ ਕੁੱਲ 126 ਵਿਧਾਨ ਸਭਾ ਹਲਕੇ ਹੋਇਆ ਕਰਦੇ ਸੀ ਉਹਨਾਂ ਤੇ ਜਿੱਤ ਦਰਜ ਕੀਤੀ ਸੀ 1957 ਦੀਆਂ ਚੋਣਾਂ ਦਾ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ ਸੀ ਤੇ ਉਹਦੇ ਤੋਂ ਬਾਅਦ ਕਾਂਗਰਸ ਨੇ 154 ਵਿਧਾਨ ਸਭਾ ਹਲਕਿਆਂ ਵਿੱਚੋਂ 120 ਤੇ ਜਿੱਤ ਦਰਜ ਕੀਤੀ ਸੀ ਉਹ ਤੋਂ ਅਗਲੀਆਂ ਜਿਹੜੀਆਂ ਚੋਣਾਂ ਹੋਈਆਂ ਸੀ 1962 ਚ ਉਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 154 ਚੋਂ 90 ਸੀਟਾਂ ਤੇ ਜਿੱਤ ਦਰਜ ਕੀਤੀ ਸੀ ਤੇ ਆਹ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਨੇ ਜੇ ਘਟ ਵੋਟ ਪ੍ਰਤੀਸ਼ਤਾਂ ਦੇ ਉੱਤੇ ਨਜ਼ਰ ਮਾਰੀਏ ਕਿ ਕਿੰਨੇ ਫੀਸਦੀ ਵੋਟ ਮਿਲੀ ਕਿਹੜੀ ਪਾਰਟੀ ਨੂੰ ਤਾਂ ਆਮ ਆਦਮੀ ਪਾਰਟੀ ਨੂੰ ਕੁੱਲ ਪਈਆਂ ਵੋਟਾਂ ਦੇ ਵਿੱਚੋਂ 44% ਕਾਂਗਰਸ ਨੂੰ 23% ਅਕਾਲੀ ਦਲ ਨੂੰ 18.4% ਭਾਜਪਾ ਨੂੰ 6.6% ਦੀ बसपा ਨੂੰ 1.7% ਦੀ ਵੋਟ ਸ਼ੇਅਰ ਪ੍ਰਾਪਤ ਹੋਇਆ ਹੈ। ਭਾਵ ਵੋਟ ਪ੍ਰਤੀਸ਼ਤਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਮੱਲ ਮਾਰੀ ਹੈ। ਪਰ ਪੰਜਾਬ ਦੇ ਲੋਕਾਂ ਦਾ ਫਤਵਾ ਹੈ ਇਹਨੂੰ ਸਿਰਫ ਹੁਣ ਆਈ ਗਈ ਨਾ ਕਰ ਦੇਣ। ਪਰ ਸੱਚਮੁੱਚ ਪੰਜਾਬ ਦੇ ਵਿੱਚ ਸਿਰਫ ਇਹੀ ਨਹੀਂ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੈ। ਅਣਕਿਆਸੀ ਜਿਸ ਤਰ੍ਹਾਂ ਮੈਂ ਕਹਿੰਨਾ ਕਿ ਜਿੱਤ ਹੈ ਤੇ ਦੂਸਰੀ ਗੱਲ ਇਹ ਵੀ ਹੈ ਕਿ ਉਹ ਚਿਹਰੇ ਜਿਨ੍ਹਾਂ ਦਾ ਕੋਈ ਪਰਿਵਾਰਕ ਪਛੋਕੜ ਨਹੀਂ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਦੂਰ ਦੂਰ ਦਾ ਲੈਣ ਦੇਣ ਨਹੀਂ ਸੀ ਬਿਲਕੁਲ ਅਣਜਾਣ ਚਿਹਰੇ ਵੱਡੇ ਚਿਹਰਾ ਨੂੰ ਠੱਬੀ ਲਾ ਗਏ ਜohn maxwell ਇੱਕ ਫਿਲਾਸਫਰ ਨੇ john maxwell ਲਿਖਦੇ ਆ ਕਿ ਆਵਾਮ ਦਾ ਯਕੀਨ ਟੁੱਟਦਾ ਤਾਂ ਹਿੱਲ-ਜੁਲ ਹੁੰਦੀ ਹੈ ਮੈਨੂੰ ਲੱਗਦਾ ਕਿ ਉਹਨਾਂ ਦਾ ਇਕਾਥਨ ਬਿਲਕੁਲ ਪੰਜਾਬ ਦੀ ਆ ਸਿਆਸਤ ਵਾਲੀ ਪਿੱਚ ਦੇ ਉੱਤੇ ਸਹੀ ਬੈਠੇ ਆ ਕਿ ਆਵਾਮ ਦਾ ਯਕੀਨ ਟੁੱਟਦਾ ਤਾਂ ਹਿਲਜੁਲ ਹੁੰਦੀ ਹੈ ਹਿਲਜੁਲ ਹੋਈ ਹੈ ਸੱਚਮੁੱਚ ਬਹੁਤ ਸਾਰੇ ਲੋਕਾਂ ਦੇ ਵਾਸਤੇ ਨਤੀਜੇ ਹੈਰਾਨੀਜਨਕ ਨੇ ਪੰਜਾਬ ਚ ਉਹਨਾਂ ਦੇ ਨਾਇਕ ਕੌਣ ਬਣ ਕੇ ਤੇ ਖਲਨਾਇਕ ਕੌਣ ਬਣ ਗਏ ਆਪਾਂ ਸੰਖੇਪ ਦੇ ਵਿੱਚ ਗੱਲ ਕਰਾਂਗੇ ਵੱਡੇ ਸਿਆਸੀ ਆਗੂ ਨੂੰ ਚਿਤ ਕਰ ਦਿੱਤਾ ਬਿਲਕੁਲ ਨਵੇਂ ਆ ਨੇ ਤੇ ਅਣਜਾਣ ਚਿਹਰੇ ਆ ਨੇ ਸਭ ਤੋਂ ਪਹਿਲਾਂ ਆਪਾਂ ਹਲਕਾ ਭਦੌੜ ਦੀ ਗੱਲ ਕਰਦੇ ਹਾਂ ਹਲਕਾ ਭਦੌੜ ਦੇ ਵਿੱਚ ਰਹਿਣ ਵਾਲਾ ਦੋ ਕਮਰਿਆਂ ਚ ਰਹਿਣ ਵਾਲਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਲਾਭ ਸਿੰਘ ਉਗੋਕੇ ਲਾਭ ਸਿੰਘ ਉਗੋਕੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰਾਰੀ ਹਾਰ ਦਿੱਤੀ ਹੈ ਚੰਨੀ ਕੋਲ ਕਰੋੜਾਂ ਦੀ ਜਾਇਦਾਦ ਹੈ ਕਾਂਗਰਸ ਦੀ ਟੇਕ ਵੀ ਚੰਨੀ ਤੇ ਸੀ ਪਰ ਹਲਕਾ ਭਦੌੜ ਤੋਂ ਪਿੰਡ ਉਗੋਕੇ ਦੇ ਰਹਿਣ ਵਾਲੇ ਲਾਭ ਸਿੰਘ ਨੇ ਇੱਕ ਬਿਲਕੁਲ ਨਵਾਂ ਇਤਿਹਾਸ ਸਿਰਜਿਆ ਟੀਵੀ ਅਨੁਭਵ ਆਪਣੇ ਚੈਨਲ ਤੇ ਮੁਲਾਕਾਤ ਕਰਦੇ ਹਾਂ ਲਾਭ ਸਿੰਘ ਉਗੋਕੇ ਨੇ ਆਖਿਆ ਸੀ ਕਿ ਭਾਵੇਂ ਉਹਨਾਂ ਕੋਲ ਪੈਸਾ ਨਹੀਂ ਪਰ ਉਹਨਾਂ ਕੋਲ ਜਜ਼ਬਾ ਹੈ ਉਹਨਾਂ ਕੋਲ ਹੌਸਲਾ ਹੈ ਉਹਨਾਂ ਕੋਲ ਵਿਚਾਰ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸਮਰਥਨ ਹੈ ਉਹ ਖੰਭ ਨੇ ਉਹਦੇ ਉਹਦੇ ਨਾਲ ਉਹ ਉਡਾਨ ਭਰਨਗੇ ਚੋਣ ਜਿੱਤਣ ਤੋਂ ਬਾਅਦ ਲਾਭ ਸਿੰਘ ਉਗੋਕ ਨੇ ਟਿੱਪਣੀ ਕਰਦੇ ਆਖਿਆ ਕਿ ਮੈਨੂੰ ਪਹਿਲਾਂ ਹਲਕਾ ਜਾਣਦਾ ਸੀ ਹੁਣ ਪੰਜਾਬ ਜਾਣੇਗਾ ਆਬ ਸਿੰਘ ਉਗੋਕ ਨੇ ਆਖਿਆ ਕਿ ਹਲਕੇ ਦੇ ਪੁੱਤ ਅਤੇ ਭਰਾ ਵਾਂਗ ਕੇ ਅੱਠ ਵਰਿਆਂ ਤੋਂ ਵਿਚਰ ਰਹੇ ਸੀ ਤੇ ਹਲਕੇ ਦੇ ਲੋਕਾਂ ਨੇ ਪਿਆਰ ਦਿੱਤਾ ਤੇ ਜਿੱਤ ਦਾ ਮਾਣ ਬਖਸ਼ਿਆ ਉਹਨਾਂ ਦੱਸਿਆ ਕਿ ਮੈਂ ਪਲੰਬਰ ਦਾ ਕੋਰਸ ਕੀਤਾ ਸੀ ਇੱਕ ਦਫਾ ਐਨ ਨਿਰਾਸ਼ ਹੋ ਕੇ ਮੈਂ ਆਪਣੇ ਘਰ ਦੇ ਵਿੱਚ ਬੈਠ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਆਸ ਵੱਜੀ ਸੀ ਤੇ ਉਹ ਆਸ ਅੱਜ ਉਹਨਾਂ ਨੂੰ ਇਸ ਮੋੜ ਤੱਕ ਲਿਆਈ ਹੈ ਚਰਚਾ ਸੱਚਮੁੱਚ ਲਾਭ ਸਿੰਘ ਉਗੋਕੇ ਦੀ ਅੱਜ ਘਰ ਘਰ ਚ ਹੈ ਕਿ ਭਦੌੜ ਤੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰਾਰੀ ਹਾਰ ਦਿੱਤੀ ਹੈ ਇਸ ਤਰ੍ਹਾਂ ਅੱਗੇ ਚੱਲਦੇ ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਲਕਾ ਲੰਬੀ ਤੋਂ ਹਲਕਾ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੇ ਸਮੁੱਚੇ ਪੰਜਾਬ ਦਾ ਸਿਆਸੀ ਭਰਮ ਤੋੜਿਆ ਗੁਰਮੀਤ ਸਿੰਘ ਖੁੱਡੀਆਂ ਨੇ 5 ਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਪੰਜ ਸੂਬਿਆਂ 'ਚ ਚੋਣਾਂ ਹੋ ਰਹੀਆਂ ਸੀ ਸਭ ਤੋਂ ਉਮਰਦਰਾਜ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਅਰ ਹਰਾਇਆ ਵੀ ਉੱਥੇ ਆ ਜਦੋਂ ਉਹ ਜ਼ਿੰਦਗੀ ਦੇ ਆਪਣੇ ਆਖਰੀ ਮੋੜ ਤੇ ਆ ਤੇ ਆਖਰੀ ਪੜਾ ਦੇ ਉੱਤੇ ਜ਼ਿੰਦਗੀ ਦੇ ਵਿੱਚ ਹਾਰ ਝੱਲਣੀ ਬੜੀ ਔਖੀ ਐ ਸ਼ਾਇਦ ਇਹ ਜਿਹੜੇ ਜ਼ਖਮ ਨੇ ਹਾਰ ਦੇ ਨਾ ਬਾਦਲ ਪਰਵਾਰ ਲਈ ਹਮੇਸ਼ਾ ਹਰੇ ਰਹਿਣਗੇ ਇੱਥੇ ਇਹ ਵੀ ਗੱਲ ਦੱਸਣ ਵਾਲੀ ਐ ਕਿ ਹਲਕਾ ਲੰਬੀ ਤੋਂ ਪਹਿਲੀ ਦਫਾ ਬਾਦਲ ਪਰਵਾਰ ਦੇ ਪੈਰ ਉਖੜੇ ਐ ਬੜੇ ਲੰਬੇ ਸਮੇਂ ਤੋਂ ਖੁਡੀਆਂ ਪਰਵਾਰ ਬਾਦਲ ਪਰਵਾਰ ਨੂੰ ਹਰਾਉਣਾ ਚਾਹੁੰਦਾ ਸੀ ਉਹਨਾਂ ਦੇ ਚਿੱਤ 'ਚ ਸੀ ਇਹ ਕਿ ਇੱਕ ਵਾਰੀ ਬਾਦਲ ਪਰਵਾਰ ਜਿੱਤਣਾ ਐ ਇਹਨੂੰ ਚਿੱਤ ਕਰਨਾ ਐ ਤੇ ਆਖਰਕਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣਾ ਉਹ ਸੁਪਨਾ ਸੱਚ ਕਰ ਬਖਾਇਆ ਹੈ ਤੇ ਜਿੱਤ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਉਹਨਾਂ ਦੀ ਪੁਰਾਣੀ ਰੀਜ ਪੂਰੀ ਹੋਈ ਹੈ ਉਹਨਾਂ ਦੀ दिली ਤਮੰਨਾ ਸੀ ਕੋ ਇੱਕ ਵਾਰ ਜਰੂਰ ਬਾਦਲ ਪਰਿਵਾਰ ਦੇ ਖਿਲਾਫ ਮਦਾਨ ਵਿੱਚ ਉਤਰਨ ਤੇ ਉਹਨਾਂ ਇਹ ਵੀ ਆਖਿਆ ਕਿ ਹਲਕਾ ਲੰਬੀ ਦੇ ਲੋਕਾਂ ਦੇ ਸਾਥ ਨੇ ਉਹਨਾਂ ਦੀ ਇਸ ਰੀਜ ਨੂੰ ਪੂਰਾ ਕਰ ਦਿੱਤਾ ਤੇ ਹੁਣ ਹਲਕਾ ਲੰਬੀ ਨੂੰ ਬਾਦਲ ਪਰਿਵਾਰ ਦੇ ਖੋਫ ਤੋਂ ਉਹ ਮੁਕਤ ਕਰਨਗੇ ਬਹੁਤ ਵੱਡੀ ਗੱਲ ਹੈ ਪ੍ਰਕਾਸ਼ਕ ਬਾਦਲ ਨੂੰ ਹਰਾਉਣਾ ਹੀ ਬਹੁਤ ਵੱਡੀ ਗੱਲ ਹੈ। ਪਿਛਲੀ ਵਾਰ ਆਪਣੇ ਆਪ ਨੂੰ ਧੜਲੇਦਾਰ ਕਹਿੰਦੇ ਸੀ। ਪੰਜਾਬ ਦੇ ਵਿੱਚ ਸ਼ਾਨਦਾਰ ਜਿੱਤ ਵੀ ਦਰਜ ਕੀਤੀ ਸੀ ਕਿ ਆਪਣਾ ਬਰਿੰਦਰ ਸਿੰਘ ਨੇ ਪਰ ਜਿੱਤ ਨਹੀਂ ਸੀ ਸਕੇ। ਹੁਣ ਚੱਲਦੇ ਆਪਾਂ ਜਲਾਲਾਬਾਦ। ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਬੋਜ ਕੋਈ ਦੂਰ ਦੂਰ ਤੱਕ ਨਹੀਂ ਸੀ ਸੋਚ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਰਾ ਦੇਣਗੇ। ਪਰ ਉਹਨਾਂ ਨੇ ਸੁਖਵੀਰ ਬਾਦਲ ਨੂੰ ਹਰਾ ਕੇ ਸਾਬਤ ਕਰ ਦਿੱਤਾ ਕਿ ਨੇਤਾ ਲੋਕ ਬਣਾਉਂਦੇ ਨੇ ਤੇ ਨੇਤਾ ਲੋਕਾਂ ਨੂੰ ਜਾਂ ਬੇਵਕੂਫ ਬਣਾਉਂਦੇ ਨੇ ਜਾਂ ਦਬਾਉਂਦੇ ਆ ਪਰ ਲੋਕਾਂ ਨੇ ਦੱਸ ਦਿੱਤਾ ਕਿ ਅਸੀਂ ਤੁਹਾਨੂੰ ਬਣਾਉਣ ਵਾਲੇ ਆ ਤੇ ਅਸੀਂ ਤੁਹਾਨੂੰ ਢਾਉਣ ਵਾਲੇ ਆ ਇਸ ਤਰ੍ਹਾਂ ਹਲਕਾ ਬਠਿੰਡਾ ਸ਼ਹਿਰੀ ਤੋਂ ਇੱਕ ਬਾਦਲ ਹੋਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਗਿੱਲ ਨੇ ਵੱਡੀ ਗਿਣਤੀ ਦੇ ਨਾਲ ਵੋਟਾਂ ਪ੍ਰਾਪਤ ਕਰਕੇ ਹਰਾ ਦਿੱਤਾ ਹੈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਨਗਰ ਨਿਗਮ ਬਠਿੰਡਾ ਦਾ ਉਹਨਾਂ ਨੂੰ ਮੇਅਰ ਨਹੀਂ ਸੀ ਬਣਾਇਆ ਨਾ ਮੇਅਰ ਬਣਾ ਕੇ ਉਹਨਾਂ ਨੂੰ ਜਲਾਲਤ ਦਿੱਤੀ ਸੀ ਜਗਰੂਪ ਗਿੱਲ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਰਾ ਕੇ ਸਿੱਧ ਕੀਤਾ ਹੈ ਕਿ ਤਾਕਤ ਅਸਲ ਦੇ ਵਿੱਚ ਲੋਕਾਂ ਕੋਲ ਹੁੰਦੀ ਹੈ ਲੀਡਰਾਂ ਕੋਲ ਤਾਂ ਲਾਰੇ ਹੁੰਦੇ ਆ ਇਸ ਤਰ੍ਹਾਂ ਪੰਜਾਬ ਦੀ ਸਭ ਤੋਂ ਹੌਟ ਸੀਟ ਬਣ ਗਈ ਸੀ ਅੰਮ੍ਰਿਤਸਰ ਪੂਰਬੀ ਅਵਰੇ ਸਰ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਇਸ ਤਰ੍ਹਾਂ ਦੀ ਨਾਇਕਾ ਬਣ ਕੇ ਉਭਰੀ ਹੈ ਜਿਸ ਨੇ ਦੋ ਵੱਡੀਆਂ ਰਾਸੀ ਹਸਤੀਆਂ ਵੱਡੇ ਦਿਗਜ ਦੋ ਨੇਤਾਵਾਂ ਨੂੰ ਹਰਾਇਆ ਹੈ ਚਿਤ ਕੀਤਾ ਜੀਵਨ ਜੋਤ ਕੌਰ ਨੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਤੇ ਅਕਾਲੀ ਦਲ ਦੇ ਵੱਡੇ ਆਗੂ ਜਿਹਨੂੰ ਮਾਝ ਦਾ ਜਰਨੈਲ ਕਹਿੰਦੇ ਸੀ ਵਿਕਰਮ ਸਿੰਘ ਮਜੀਠੀਆ ਨੂੰ ਚਿਤ ਕੀਤਾ ਤੇ ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਕਿ ਦੋਵੇਂ ਆਗੂਆਂ ਨੇ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਿਆ ਆਪਾਂ ਬੀਤੇ ਪ੍ਰੋਗਰਾਮਾਂ 'ਚ ਜ਼ਿਕਰ ਕਰਦੇ ਰਹੇ ਕਿ ਜਾਂ ਤਾਂ ਦੋਵਾਂ 'ਚੋਂ ਇੱਕ ਹਾਰੂ ਜਾਂ ਦੋਵੇਂ ਵੀ ਹਾਰ ਸਕਦੇ ਆ ਹਾਲਾਂਕਿ ਉਸ ਵਕਤ ਜਦੋਂ ਮੈਂ ਟਿੱਪਣੀ ਕਰਦਾ ਸੀ ਕਈ ਕਹਿੰਦੇ ਸੀ ਇੰਜ ਨਹੀਂ ਹੋਣਾ ਦੋਹਾਂ 'ਚੋਂ ਇੱਕ ਤਾਂ ਜਿੱਤੂ ਪਰ ਨਤੀਜਾ ਹੁਣ ਤੁਹਾਡੇ ਸਾਹਮਣੇ ਹੈ ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਉਹ ਕਹਿੰਦੇ ਸੀ ਮੈਂ ਪੰਜਾਬ ਜਿੱਤਿਆ ਕਾਂਗਰਸ ਨਹੀਂ ਜਿੱਤਿਆ 77 ਸੀਟਾਂ ਤੇ ਜਿੱਤ ਅਰਜ ਕੀਤੀ ਸੀ ਪਰ ਭਾਈ ਹੁਣ ਸਾਹਮਣੇ ਆ ਗਿਆ ਹੋਣਾ ਕਿ ਕੌਣ ਜਿੱਤਿਆ ਸੀ ਤੇ ਕੌਣ ਹਾਰਿਆ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤ ਸਿੰਘ ਕੋਹਲੀ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਕੋਹਲੀ ਨੇ ਪਟਿਆਲੇ ਦੇ ਵਿੱਚ ਉਹਨਾਂ ਦੇ ਗੜ ਦੇ ਵਿੱਚ ਸਨ ਲਾਈ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਦਿੱਤਾ ਕਿ ਅਸਲ ਨਾਇਕ ਕੈਪਟਨ ਨਹੀਂ ਕੋਹਲੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਵੀ ਰਹੇ ਤੇ ਉਹਨਾਂ ਨੂੰ ਵੀ ਜੀਵਨ ਦੇ ਇਸ ਮੋੜ ਤੇ ਆਪਣੇ ਹਲਕੇ ਤੋਂ ਉਹ ਵੀ ਜੱਦੀ ਹਲਕੇ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਤੇ ਅਮਰਿੰਦਰ ਦੀ ਹਾਰ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਦਿਲ ਤੇ ਰਾਜ ਨਹੀਂ ਕਰਦੇ ਲੋਕਾਂ ਦੇ ਦਿਲ ਦੇ ਮਹਾਰਾਜੇ ਨਹੀਂ ਉਹ ਕੋਲੀ ਸਾਹ ਬਣ ਗਿਆ ਨਾਲ ਹਰ ਕ ਲਹਿਰਾ ਗਾਗਾ ਵੱਲ ਚਲਦੇ ਆ ਹਲਕਾ ਲਹਿਰਾ ਗਾਗਾ ਤੋਂ ਵਿਰਿੰਦਰ ਕੁਮਾਰ ਗੋਇਲ ਨੇ ਇੱਕ ਵਾਰੀ ਸਾਬਤ ਕਰ ਦਿੱਤਾ ਹੈ ਕਿ ਅਸਲ ਲੋਕਾਂ ਦੇ ਨਾਇਕ ਉਹ ਬਣਿਆ ਉਹਨਾਂ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲੂ ਵੀ ਹਰਾਇਆ ਉਸੇ ਹਲਕੇ ਤੋਂ ਚੋਣ ਮੈਦਾਨ ਵਿੱਚ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗਵਾਲ ਉਹਨਾਂ ਨੂੰ ਵੀ ਹਰਾਇਆ ਹੈ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਸਾ। ਢੀਂਸਾ ਵੀ ਕਦੇ ਚੋਣ ਨਹੀਂ ਸੀ ਹਾਰੇ ਇਹ ਸਾਰਿਆਂ ਨੂੰ ਚਿਤ ਕੀਤਾ ਉਹਨਾਂ ਨੇ। ਹੁਣ ਅੱਗੇ ਨਸਰ ਮਾਰਦੇ ਆਪਾਂ। ਆਮ ਆਦਮੀ ਪਾਰਟੀ ਦੇ ਇੱਕ ਹੋਰ ਉਮੀਦਵਾਰ ਲਾਲਜੀਤ ਸਿੰਘ ਭੁੱਲਰ। ਹਲਕਾ ਪੱਟੀ। ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ। ਬਾਦਲ ਸਾਹਿਬ ਦੇ ਜਵਾਈ। ਇਹਨਾਂ ਤੋਂ ਇਲਾਵਾ ਮੌਜੂਦਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੋਵਾਂ ਨੂੰ ਹਰਾ ਕੇ ਉਹਨਾਂ ਨੇ ਜਿੱਤ ਅਰਜ ਕੀਤੀ ਹੈ ਹਲਕਾ ਮੌੜ ਤੇ ਨਜ਼ਰ ਮਾਰੀਏ ਤਾਂ ਮੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਮੈਸਰਖਾਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਗਮੀਤ ਸਿੰਘ ਬਰਾੜ ਨੂੰ ਹਰਾਇਆ ਤੇ ਇਥੋਂ ਹੀ ਇਸੇ ਸੀਟ ਤੋਂ ਲੱਖਾ ਸਧਾਨਾ ਵੀ ਚੋਣ ਮੈਦਾਨ ਵਿੱਚ ਸੀ ਉਹਨਾਂ ਨੂੰ ਹਰਾਇਆ ਹੈ ਹਲਕਾ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦੋ ਵੱਡੇ ਸਿਆਸੀ ਪਰਿਵਾਰਾਂ ਨੂੰ maat ਦਿੱਤੀ ਹੈ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਅਕਾਲੀ ਦਲ ਦੇ ਵੱਡੇ ਆਗੂ ਬਲਵਿੰਦਰ ਸਿੰਘ ਭੋਂਦਰ ਦੇ ਲੜਕੇ ਅਤੇ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫਰ ਦੇ ਲੜਕੇ ਨੂੰ ਹਰਾ ਕੇ ਜਿੱਤ ਅਰਜ ਕੀਤੀ ਹੈ। ਹਲਕਾ ਸੰਗਰੂਰ ਤੇ ਨਜ਼ਰ ਮਾਰੀਏ। ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀ। ਪੰਜਾਬ ਦੀ ਧੀ ਨਰਿੰਦਰ ਕੌਰ ਭਰਾਜ ਕਰੋੜਪਤੀ ਉਮੀਦਵਾਰ ਨੂੰ ਸਿਆਸੀ ਝਟਕਾ ਦਿੱਤਾ ਹੈ। ਨਰਿੰਦਰ ਕੌਰ ਭਰਾਜ ਦੇ ਨਾਮ ਤੇ ਕੋਈ ਘਰ ਨਹੀਂ ਕੋਈ ਜਾਇਦਾਦ ਨਹੀਂ। ਨਰਿੰਦਰ ਕੌਰ ਪਰਾਜਮੇ ਭਾਜਪਾ ਦੇ ਆਗੂ ਅਰਵਿੰਦ ਖੰਨਾ ਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਨੂੰ ਕੁਰਸੀ ਤੋਂ ਲਾਭੇ ਕਰ ਦਿੰਦਾ ਹੈ। ਫਿਰ ਚੱਲਦੇ ਆਂ ਸਤਾਰਿਆਂ ਦੀ ਚਮਕ ਦੇ ਵਿੱਚ ਪੰਜਾਬ ਨੂੰ ਲੁੱਟਣ ਵਾਸਤੇ ਕਈ ਪਾਪੜ ਵੇਲੇ ਆ ਪਹਿਲਾਂ ਵੀ ਵੇਲੇ ਜਾਂਦੇ ਰਹੇ ਆ। ਬਾਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਹਲਕਾ ਮੋਗਾ ਤੋਂ ਉਮੀਦਵਾਰ ਐਲਾਨਿਆ ਗਿਆ ਕਾਂਗਰਸ ਪਾਰਟੀ ਵੱਲੋਂ। ਮਾਲਵਿਕਾ ਸੂਦ ਨੂੰ ਡਾਕਟਰ ਅਮਨਦੀਪ ਕੌਰ ਅਰੋੜਾ ਆਮ ਆਦਮੀ ਪਾਰਟੀ ਸੀ ਉਹਨਾਂ ਦੀ ਉਹਨਾਂ ਨੇ ਹਰਾ ਦਿੱਤਾ ਹੈ ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਮਾਲਵਿਕਾ ਸੂਤ ਸੱਜਰਵਾਂਗ ਇੱਕ ਹੋਰ ਸਟਾਰ ਕੈਂਡੀਡੇਟ ਲਿਆਂਦਾ ਸੀ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਮੂਸੇਵਾਲੇ ਤੇ ਦਾਅ ਖੇਡਿਆ ਸੀ ਮੂਸੇਵਾਲੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਘਲਾ ਨੇ ਬੁਰੀ ਤਰ੍ਹਾਂ ਹਰਾਇਆ ਦੱਸਣਾ ਬਣਦਾ ਕਿ ਜਿਹੜੇ ਇਹ ਵਿਅਕਤੀਆਂ ਦਾ ਉਮੀਦਵਾਰਾਂ ਦਾ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਹੈ ਮੈਂ ਜ਼ਿਕਰ ਕਰ ਰਿਹਾ ਇਹਨਾਂ ਦਾ ਸਿਆਸੀ ਪਿਛੋਕੜ ਕੋਈ ਨਹੀਂ ਅਤੇ ਇਹਨਾਂ ਨੇ ਚੋਣ ਵੀ ਪਹਿਲੀ ਵਾਰ ਲੜੀ ਸੀ ਪਹਿਲੀ ਵਾਰ ਹੀ ਪੰਜਾਬ ਦੇ ਵੱਡੇ ਚਿਹਰੇ ਨੂੰ ਹਰਾਉਣ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਜੇਕਰ ਲੋਕ ਜਾਂ ਵੋਟਰ ਸਮਝ ਲੈਣ ਉਹ ਕਿਸੇ ਨੂੰ ਵੀ ਜਿਤਾ ਸਕਦੇ ਆ ਉਹ ਕਿਸੇ ਨੂੰ ਵੀ ਹਰਾ ਸਕਦੇ ਆ ਵੱਡੇ ਵੱਡੇ ਥੰਮ ਸੁੱਟ ਲਿਆ ਹੁਣ ਲੱਗਦਾ ਆ ਜਿਹੜੇ ਇਕਾ ਦੁੱਕਾ ਜਿੱਤੇ ਆ ਕੰਮ ਕਰ ਲੈਣਗੇ ਤੇ ਹੁਣ ਤੁਸੀਂ ਦੇਖੋ ਕਿ ਲੋਕ ਅਮਰੀਕਾ ਕੈਨੇਡਾ ਜਾਂ ਬਾਹਰਲੇ ਮੁਲਕਾਂ ਵੱਲੋਂ ਆਉਂਦੇ ਨੇ ਪਰ ਅਮਰੀਕਾ ਦੇ ਸਿਟੀਜ਼ਨ ਸੀ ਅਮਰੀਕਾ ਦੀ ਸਿਟੀਜ਼ਨਸ਼ਿਪ ਤਿਆਗੀ ਜਸਵੀਰ ਸਿੰਘ ਔਰ ਫਰਾਜ ਅਗੈਲ ਨੇ ਹਲਕਾ ਉੜਮੁੜ ਟਾਂਡਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਅਤੇ ਜਿੱਤ ਦਰਜ ਕਰ ਦਿੱਤੀ ਹੈ। ਉਹਨਾਂ ਦਾ ਪਰਿਵਾਰ ਅਮਰੀਕਾ ਦੇ ਵਿੱਚ ਪੇਸ਼ੇ ਵਜੋਂ ਟਰਾਂਸਪੋਰਟਰ ਨੇ, ਉਹ ਕਾਰੋਬਾਰੀ ਨੇ। 2017 ਦੀਆਂ ਚੋਣਾਂ ਵਿੱਚ ਵੀ ਉਹਨਾਂ ਨੇ ਇਸੇ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ। ਹਾਰ ਗਏ ਸੀ ਤੇ ਤੀਸਰੇ ਸਥਾਨ ਤੇ ਰਹੇ ਸੀ ਪਰ ਹੌਸਲਾ ਨਹੀਂ ਹਾਰਿਆ। ਇਸ ਵਾਰ ਫੇਰ ਉਹਨਾਂ ਨੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਕੈਬਨਟ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੂੰ 4190 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਅਰਜ ਕਰ ਲਈ ਹੈ ਦੱਸਣਾ ਬਣਦਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹਲਕਾ ਉੜਮੜ ਹਲਕਾ ਉੜਮੜ ਤੋਂ ਅਕਾਲੀ ਦਲ ਸੰਯੁਕਤ ਭਾਜਪਾ ਗੱਠਜੋੜ ਦੇ ਉਮੀਦਵਾਰ ਸਨ ਮਨਜੀਤ ਸਿੰਘ ਦਸੂਹਾ ਅਤੇ ਹੁਸ਼ਿਆਰਪੁਰ ਵਿਧਾਨ ਸਭਾ ਬਸਪਾ ਅਕਾਲੀ ਉਮੀਦਵਾਰ ਸੀ ਵਰਿੰਦਰ ਪ੍ਰਹਾਰ ਅਮਰੀਕਾ ਦੀ ਨਾਗਰਿਕਤਾ ਛੱਡ ਕੇ ਚੋਣ ਲੜ ਰਹੇ ਸੀ ਇਹਨਾਂ ਸਾਰਿਆਂ ਨੂੰ ਹਰਾਕੇ ਜਸਵੀਰ ਉਰਫ ਰਾਜਾ ਗਿੱਲ ਨੇ ਐਮਐਲਏ ਬਣਦਾ ਆਪਣਾ ਸੁਪਨਾ ਪੰਜਾਬ ਦੀ ਧਰਤੀ ਤੇ ਪੂਰਾ ਕਰ ਲਿਆ ਤੇ ਹੁਣ ਜਿੱਤਤਾ ਜਿੱਤ ਹੁੰਦੀ ਹੈ ਭਾਵੇਂ ਕਿਸ ਦੀ 1 ਵੋਟ ਤੇ ਹੋਵੇ ਭਾਵੇਂ ਕਿਸੇ 2 ਤੇ ਜਦੋਂ ਆਪਾਂ ਸ਼ਾਨਦਾਰ ਜਿੱਤ ਕਹਿੰਦੇ ਆ ਸ਼ਰਮਨਾਕ ਕਰਾਰੀ ਕਿਸੇ ਦੀ ਹਾਰ ਕਹਿੰਦੇ ਆ ਤਾਂ ਹੁੰਦਾ ਕਿ ਭਾਈ ਕਾਫੀ ਵੋਟਾਂ ਜ਼ਿਆਦਾ ਪ੍ਰਾਪਤ ਕਰ ਗਿਆ ਹੁਣ ਇਹਨਾਂ ਚੋਣਾਂ ਦੇ ਵਿੱਚ ਝਾੜੂ ਨੇ ਐਨ ਸਾਫ਼ ਕਰਕੇ ਰੱਖ ਦਿੱਤਾ ਹੁੰਦਾ ਹੀ ਫੇਰ ਦਿੱਤਾ 1304 ਉਮੀਦਵਾਰ ਸੀ ਉਹਨਾਂ ਦੇ ਵਿੱਚੋਂ 92 ਆਮ ਆਦਮੀ ਪਾਰਟੀ ਦੇ ਜਿੱਤੇ ਐ ਜਿੰਨੇ ਉਮੀਦਵਾਰ ਜਿੱਤੇ ਉਹਨਾਂ ਦੇ ਵਿੱਚ ਕਿਸ ਦੀ ਜਿੱਤ ਛੋਟੀ ਆ ਕਿਸ ਦੀ ਵੱਡੀ ਆ ਪਰ ਜਿੱਤ ਜਿੱਤ ਐ ਪਰ 11 ਕੋ ਉਮੀਦਵਾਰ ਇਸ ਤਰ੍ਹਾਂ ਦੇ ਐ ਜਿਨ੍ਹਾਂ ਨੇ 50000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਐ ਇਹ ਤੋਂ ਸਾਫ਼ ਜ਼ਾਹਰ ਐ ਕਿ ਪੰਜਾਬ ਦੇ ਲੋਕ ਕਰਵਾਈਤੀ ਪਾਰਟੀਆਂ ਦੇ ਨੀਤੀਆਂ ਤੋਂ ਅੱਕ ਚੁੱਕੇ ਸੀ ਤੰਗ ਸੀ ਦੁਖੀ ਹੋ ਚੁੱਕੇ ਸੀ ਉਹ ਬਦਲ ਚਾਹੁੰਦੇ ਸੀ ਇਹਦਾ ਨਤੀਜਾ ਆਹ ਹੁੰਦਾ ਫਿਰ ਜਿੱਤ ਤੋਂ ਲਗਾਇਆ ਜਾ ਸਕਦਾ ਹੈ ਚੋਣ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਜੇਕਰ ਲੋਕ ਚਾਹਦੇ ਹੋਣ ਕਿ ਫਲਾਣੇ ਨੂੰ ਢਾਉਣਾ ਹੈ ਤੇ ਇਹਨੂੰ ਜਿਤਾਉਣਾ ਹੈ ਇਹਨੂੰ ਜਿਤਾਉਣਾ ਹੈ ਤੇ ਇਹਨੂੰ ਹਰਾਉਣਾ ਉਹ ਕਰ ਸਕਦੇ ਆ ਕਈ ਥਾਵਾਂ ਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਲੋਕ ਫਤਵਾ ਦਿੱਤਾ ਇਹਨਾਂ ਵੋਟਾਂ ਵਿੱਚ ਕਈ ਰਿਕਾਰਡ ਟੁੱਟੇ ਨੇ ਕਈ ਰਿਕਾਰਡ ਬਣੇ ਨੇ ਦੂਸਰੇ ਪਾਸੇ ਇਹ ਵੀ ਖਬਰਾਂ ਨੇ ਕਿ ਕੁਝ ਮੁਲਾਜ਼ਮ ਵਰਗ ਵੀ ਜਿਹੜਾ ਰਵਾਇਤੀ ਪਾਰਟੀਆਂ ਤੋਂ ਲੀਡਰਾਂ ਦੀ ਜਿਹੜੀ ਇਸ ਵਕਤ ਬਿਨਾਂ ਵਜ੍ਹਾ ਤੰਗੀ ਪਰੇਸ਼ਾਨੀ ਉਹਨਾਂ ਨੂੰ ਦਿੱਤੀ ਜਾ ਰਹੀ ਸੀ ਦਾਖਲ ਅੰਦਾਜ਼ੀ ਸੀ ਉਦੋਂ ਤੋਂ ਦੁਖੀ ਸੀ ਉਹ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਤਰੇ ਆ ਜਿਨੇ ਤਸਵੀਰ ਦਾ ਪਾਸਾ ਪਲਟ ਕੇ ਰੱਖਿਆ ਨਤੀਜਾ ਇਹ ਆਇਆ ਕਿ ਆਮ ਆਦਮੀ ਪਾਰਟੀ ਦੇ 11 ਉਮੀਦਵਾਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ 50000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿੱਤ ਸੁਨਾਮ ਤੋਂ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ 75000 ਤੇ 277 ਵੋਟਾਂ ਨਾਲ ਜੇਤੂ ਰਹੇ ਐ ਇਸ ਤਰ੍ਹਾਂ ਬਠਿੰਡਾ ਤੋਂ ਆਪ ਦੇ ਹੀ ਜਗਰੂਪ ਗਿੱਲ 63581 ਵੋਟਾਂ ਦੇ ਫਰਕ ਨਾਲ ਜਿੱਤੇ ਐ ਮਾਨਸਾ ਤੋਂ ਆਮ ਆਦਮੀ ਲਈ ਡਾਕਟਰ ਵਿਜੇ ਸਿੰਘਲਾ 63000 ਤੇ 323 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਐ ਧੂਰੀ ਤੋਂ ਭਗਵੰਤ ਮਾਨ 58000 ਤੇ 206 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਐ ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਜੀਵਨ ਸਿੰਘ 57644 ਵੋਟਾਂ ਦੇ ਫਰਕ ਨਾਲ ਜਿੱਤੇ ਹੈ ਆਮ ਆਦਮੀ ਦੇ ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ 53474 ਵੋਟਾਂ ਨਾਲ ਜਿੱਤੇ ਹੈ ਨਾਬੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਦੇਵਮਾਨ 52600 ਵੋਟਾਂ ਦੇ ਫਰਕ ਨਾਲ ਜਿੱਤੇ ਹੈ ਬੁਢਲਾਡਾ ਤੋਂ ਆਪ ਦੇ ਬੁੱਧਰਾਮ 51691 ਵੋਟਾਂ ਦੇ ਫਰਕ ਨਾਲ ਜਿੱਤੇ ਹੈ ਛਤਰਾਣਾ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ 51554 ਵੋਟਾਂ ਦੇ ਫਰਕ ਨਾਲ ਜਿੱਤੇ ਐ ਦਿੜਬਾ ਤੋਂ ਆਪ ਦੇ ਹਰਪਾਲ ਸਿੰਘ ਚੀਮਾ 50655 ਵੋਟਾਂ ਦੇ ਫਰਕ ਨਾਲ ਜਿੱਤੇ ਐ ਪੁੱਚੋ ਮੰਡੀ ਤੋਂ ਆਪ ਉਮੀਦਵਾਰ ਜਗਸੀਰ ਸਿੰਘ 50000 ਤੇ 212 ਵੋਟਾਂ ਦੇ ਫਰਕ ਨਾਲ ਜਿੱਤੇ ਐ ਇਹਨਾਂ ਦਾ ਮਾਰਜਨ ਤੁਸੀਂ ਦੇਖ ਲਓ ਕਿ ਕਿੱਡਾ ਹੈ ਪਰ ਕਾਂਗਰਸ ਤੇ ਕੁਝ ਇੱਕ ਵਿਅਕਤੀ ਜਿਹੜੇ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਸੁਖੀ ਰੰਧਾਵਾ ਵੀ ਨੇ 400 ਮੇਰਾ ਖਿਆਲ ਹੈ ਸ਼ਾਇਦ 26 ਕਵੋਟਾਂ ਦੇ ਫਰਕ ਨਾਲ ਜਿੱਤੇ ਹੈ ਪਰ ਜਿੱਥ ਤਾਂ ਜਿੱਤ ਹੈ ਪਰ ਇੱਥੋਂ ਪਤਾ ਲੱਗਦਾ ਕਿ ਲੋਕਾਂ ਨੇ ਸੱਚਮੁੱਚ ਪੁਰਾਣੀਆਂ ਪਾਰਟੀਆਂ ਤੋਂ ਅੱਕ ਕੇ ਭਾਰੀ ਗਿਣਤੀ ਦੇ ਵਿੱਚ ਚੁੱਪਚਾਪ ਆਪਣੀ ਮਰਜ਼ੀ ਦੇ ਨਾਲ ਵੋਟਾਂ ਦਾ ਇਸਤੇਮਾਲ ਕੀਤਾ ਹੈ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਤੇ ਰਾਣੇ ਬੜਾ ਹੱਥ ਘੁੱਟ ਕੇ ਰੱਖਿਆ ਮਹਿਲਾਵਾਂ ਨੂੰ ਟਿਕਟਾਂ ਦੇਣ ਦੇ ਵਾਸਤੇ 93 ਮਹਿਲਾ ਉਮੀਦਵਾਰਾਂ ਦੇ ਵਿੱਚੋਂ ਸਿਰਫ ਤਕਰੀਬਨ 1 ਦਰਜਣ ਮਹਿਲਾ ਉਮੀਦਵਾਰਾਂ ਨੂੰ ਜਿੱਤ ਨਸੀਬ ਹੋਈ ਹੈ ਜਿਹੜੀਆਂ 16ਵੀਂ ਵਿਧਾਨ ਸਭਾ ਦੇ ਵਿੱਚ ਉਮੀਦਵਾਰ ਸਨ ਤੇ ਹੁਣ ਵਿਧਾਨ ਸਭਾ ਦੇ ਵਿੱਚ ਪਹੁੰਚਣ ਚ ਕਾਮਯਾਬ ਹੋਈਆਂ ਨੇ ਇਹਨਾਂ ਚ ਤਿੰਨ ਵਿਧਾਇਕਾਂ ਨੂੰ ਮੂੜ ਸਦਨ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਜਦਕਿ ਸੱਤ ਔਰਤਾਂ ਪਹਿਲੀ ਵਾਰ ਵਿਧਾਇਕ ਬਣੀਆਂ ਨੇ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੀਆਂ ਨੇ 10 ਉਮੀਦਵਾਰਾਂ ਨੇ ਜਿਨ੍ਹਾਂ ਦੇ ਹਿੱਸੇ ਜਿੱਤ ਦਰਜਾਈ ਹੈ ਜਦੋਂ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਇੱਕ ਇੱਕ ਉਮੀਦਵਾਰ ਨੇ ਚੋਣ ਜਿੱਤ ਕੇ ਆਪਕੋ ਆਪਣੀ ਪਾਰਟੀ ਦੀ ਹਾਜ਼ਰ ਰੱਖੀ ਹੈ ਕਾਂਗਰਸ ਦੀ ਦੀਨਾ ਨਗਰ ਤੋਂ ਉਮੀਦਵਾਰ ਅਰੁਣਾ ਚੌਧਰੀ ਮੁਰ ਵਿਧਾਨ ਸਭਾ ਵਿੱਚ ਪਹੁੰਚਣ ਚ ਕਾਮਯਾਬ ਹੋਏ ਹੈ ਅਕਾਲੀ ਦਲ ਦੇ ਮਜੀਠਾ ਤੋਂ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗੁਨੀਵ ਕੌਰ ਮਜੀਠੀਆ ਇੱਕੋ ਇੱਕ ਮਹਿਲਾ ਵਿਧਾਇਕ ਨੇ ਅਕਾਲੀ ਦਲ ਦੀ ਜਿਹੜੇ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋਏ ਹੈ ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਸਰਬਜੀਤ ਕੌਰ ਮਾਨੂਕੇ ਤੇ ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਦੂਸਰੀ ਵਾਰ ਵਿਧਾਨ ਸਭਾ ਵਾਸਤੇ ਚੁਣੇ ਗਏ ਹੈ ਇਸੇ ਤਰ੍ਹਾਂ ਅਮਰitsar ਪੂਰਬੀ ਤੋਂ ਜੀਵਨਜੋਤ ਕੌਰ ਡਾਕਟਰ ਅਮਨਦੀਪ ਕੌਰ ਅਰੋੜਾ ਮੋਗਾ ਤੋਂ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਖਜ਼ਾਨਚੀ ਨੀਨਾ ਮਿੱਤਲ ਸੰਗਰੂਰ ਤੋਂ ਨਰਿੰਦਰ ਭਰਾਜ ਨਕੋਦਰ ਤੋਂ ਇੰਦਰਜੀਤ ਕੁਰਮਾਨ ਮਲੋੜ ਤੋਂ ਡਾਕਟਰ ਬਲਜੀਤ ਕੌਰ ਅਤੇ ਖਰੜ ਤੋਂ ਅਨਮੋਲ ਗਗਨਮਾਨ ਨੇ ਚੋਣ ਜਿੱਤੀ ਹੈ ਅਤੇ ਇਹ ਸਾਰੀਆਂ ਮਹਿਲਾਵਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਣ ਲਈ ਕਾਬਜ ਹੋ ਗਈਆਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਕੁੱਲ 1304 ਉਮੀਦਵਾਰ ਸੀ ਜਿਨ੍ਹਾਂ ਦੇ ਵਿੱਚੋਂ 93 ਮਹਿਲਾਵਾਂ ਸਨ ਉਹਨਾਂ ਵਿੱਚੋਂ ਆ ਕੁਝ ਕ ਨੇ ਤਕਰੀਬਨ ਦਰਜਣ ਗਿਣਤੀ ਬਣਦੀ ਹੈ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਹੈ ਹੁਣ ਤੁਸੀਂ ਇਹ ਦੇਖੋ ਕਿ ਬੈਂਸ ਭਰਾ ਕੋਈ ਜਲਵਾ ਨਹੀਂ ਦਿਖਾ ਸਕੇ ਸਿਮਰਜੀਤ ਸਿੰਘ ਬੈਂਸ ਤੀਸਰੇ ਸਥਾਨ ਤੇ ਰਹੇ ਜਦੋਂ ਕਿ ਬਲਵਿੰਦਰ ਬੈਂਸ ਚੌਥੇ ਸਥਾਨ ਤੇ ਰਹੇ ਬਲਵੀਰ ਸਿੰਘ ਰਾਜੇਵਾਲ ਆਪਣੀ ਜ਼ਮਾਨਤ ਤੱਕ ਨਾ ਬਚਾ ਸਕੇ ਤੇ ਹੋਰ ਵੀ ਵੱਡੇ ਵੱਡੇ ਆਗੂ ਦੇ ਧੜਮਾ ਕਰਕੇ ਸੁੱਟ ਦਿੱਤੇ ਇਹ ਲੋਕ ਫਤਵਾ ਹੈ ਵੇਖਦੇ ਆ ਕਿ ਸੌ ਚੁੱਕ ਸਮਾਗਮ ਕਦੋਂ ਹੁੰਦਾ ਕਿਹਨੂੰ ਕਿਹੜੀ ਵਜ਼ੀਰੀ ਮਿਲਦੀ ਹੈ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਚਲਾਉਂਦੇ ਨੇ ਪੰਜਾਬ ਦੇ ਲੋਕਾਂ ਦੀਆਂ ਸੱਚਮੁੱਚ ਮੰਗਾਂ ਵੀ ਬਹੁਤ ਨੇ ਤੇ ਸਮੱਸਿਆਵਾਂ ਵੀ ਬਹੁਤ ਨੇ ਬੇਰੋਜ਼ਗਾਰੀ ਵੱਡੀ ਸਮੱਸਿਆ ਨਸ਼ਿਆਂ ਨੂੰ ਨੱਥ ਪਾਉਣੀ ਵੱਡੀ ਸਮੱਸਿਆ ਹੈ ਨਜ਼ਾਇਜ਼ ਮਾਫੀਆ ਜਿਹੜਾ ਚੱਲ ਰਿਹਾ ਹੈ ਭ੍ਰਿਸ਼ਟਾਚਾਰ ਜਿਹੜਾ ਚੱਲ ਰਿਹਾ ਹੈ ਬਹੁਤ ਸਾਰਾ ਇਸ ਤਰ੍ਹਾਂ ਦਾ ਲੋਕ ਹੈ ਜਿਹੜੇ ਰੋਜ਼ਗਾਰ ਦੀ ਤਲਾਸ਼ ਵਿੱਚ ਨੇ ਜਿਹੜੇ ਮਹਿੰਗਾਈ ਦੀ ਮਾਰ ਹੇਠ ਨੇ ਸੱਚਮੁੱਚ ਜੇਕਰ ਉਹਨਾਂ ਨੂੰ ਗਲ ਨਾਲ ਲਾਉਣ ਵਿੱਚ ਕਾਮਯਾਬ ਰਹੀ ਤਾਂ ਸੱਚਮੁੱਚ ਪੰਜਾਬ ਦਾ ਨਿظام ਬਦਲਿਆ ਬਦਲਿਆ ਨਜ਼ਰ ਆਏਗਾ ਜੇਕਰ ਲੋਕਾਂ ਨੂੰ ਲਿਪ ਸਰਵ ਸਥਿਤੀ ਤਾਂ ਫਿਰ 17 ਅਤੇ 22 ਚੇਤੇ ਰੱਖਣ ਤੇ 27 ਵੀ ਫਿਰ ਆਈ ਖੜੀ ਹੈ ਦੋਸਤੋ ਇਹ ਕੁਝ ਅੱਜ ਦੇ ਪ੍ਰੋਗਰਾਮ ਦੌਰਾਨ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮੇਂ ਦੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਉ ਸਤਿ ਸ਼੍ਰੀ ਅਕਾਲ ਤੇ ਰੱਖਾ